ਸੋਸ਼ਲ ਮੀਡੀਆ 'ਤੇ ਟੋਟਲੀ ਸੋਸ਼ਲ ਮੀਡੀਆ ਕੀ ਹੈ? ਇੱਕ ਫਾਲਸ ਵਰਲਡ, ਫੇਕ ਵਰਲਡ ਹੈ, ਫੇਕ ਵਰਲਡ। ਸਵੇਰੇ ਹੀ ਸਿੱਖ ਵਿਰੋਧੀ ਏਜੰਸੀਆਂ ਦੇ ਜਿਹੜੇ ਬੈਠੇ ਹੋਏ ਉੱਥੇ ਬੰਦੇ ਨੇ, ਉਹ ਇੱਕ ਨੈਰੇਟਿਵ ਸਿਰਜਦੇ ਨੇ ਸਿੱਖਾਂ ਲਈ, ਬਿਰਤਾਂਤ ਸਿਰਜਦੇ ਨੇ, ਔਰ ਅਸੀਂ ਉਸ ਬਿਰਤਾਂਤ 'ਚ ਫਸ ਜਾਂਦੇ। ਚਾਹੇ ਉਹ ਕਿਸੇ ਸ਼ਖਸੀਅਤ ਦੇ ਖਿਲਾਫ਼ ਸਿਰਜਣਾ ਹੋਏ, ਫਰਜ਼ ਕਰੋ ਆ ਮੀਟਿੰਗ ਦੀ ਗੱਲ ਹੀ ਮੈਂ ਕਰਦਾ, 18 ਤਰੀਕ ਨੂੰ ਘਟਨਾ ਵਾਪਰੀ, 19 ਤਰੀਕ ਨੂੰ ਅਸੀਂ ਇੱਕ ਲਿਖਤੀ ਪ੍ਰੈਸ ਨੋਟ ਜਿਹੜਾ ਰਿਲੀਜ਼ ਕੀਤਾ ਅਕਾਲ ਤਖ਼ਤ ਸਾਹਿਬ ਵੱਲ, ਕਿ ਮੰਦਭਾਗਾ ਵਰਤਾਰਾ ਹੈ, ਨੌਜਵਾਨਾਂ ਦੀ ਫੜੋ ਫੜੀ ਜਿਹੜੀ ਹੋ ਰਹੀ ਹੈ, ਇਹਨੂੰ ਸਰਕਾਰ ਨੂੰ ਤੁਰੰਤ ਜਿਹੜਾ ਹੈ ਇਹ ਕਦਮ ਰੋਕਣਾ ਚਾਹੀਦਾ। 21 ਤਰੀਕ ਨੂੰ ਔਰਲ ਬਿਆਨ ਦਿੱਤਾ ਕਿ ਇਸ ਨੂੰ ਜਿਹੜਾ ਰੋਕਣਾ ਚਾਹੀਦਾ, ਲੇਕਿਨ ਫਿਰ ਵੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਹੀ ਪੋਸਟਾਂ ਪੈ ਰਹੀਆਂ ਸੀ ਕਿ ਸ਼੍ਰੋਮਣੀ ਕਮੇਟੀ ਖਮੋਸ਼, ਅਕਾਲ ਤਖ਼ਤ ਖਮੋਸ਼, ਸ਼੍ਰੋਮਣੀ ਕਮੇਟੀ ਖਮੋਸ਼, ਅਕਾਲ ਤਖ਼ਤ ਖਮੋਸ਼। ਉਸ ਨੌਜਵਾਨ ਆਏ ਦਮਦਮਾ ਸਾਹਿਬ, ਉਹਨਾਂ ਨੇ ਸਲਾਹ ਦਿੱਤੀ ਕਿ ਆਪਾਂ ਨੂੰ ਇੱਕ ਮੀਟਿੰਗ ਅਰੇਂਜ ਕਰਨੀ ਚਾਹੀਦੀ। ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਕਿ ਵੱਡੇ ਇਕੱਠ ਜਿਹੜੇ ਨੇ ਇਹ ਫੈਸਲੇ ਨਹੀਂ ਕਰ ਸਕਦੇ ਹੁੰਦੇ, ਲੇਕਿਨ ਵੱਡੇ ਇਕੱਠਾਂ ਦੀ ਇਹ ਨਹੀਂ ਕਿ ਸਾਰਥਕਤਾ ਨਹੀਂ ਹੁੰਦੀ, ਉਹਨਾਂ ਦੀ ਸਾਰਥਕਤਾ ਵੀ ਹੁੰਦੀ ਹੈ। ਵੱਡੇ ਇਕੱਠਾਂ ਦਾ ਵੀ ਬਹੁਤ ਵੱਡਾ ਜਿਹੜਾ ਇੱਕ ਮਤਲਬ ਹੁੰਦਾ ਹੈ, ਵੱਡੇ ਇਕੱਠ ਵੀ ਬੁਲਾਉਣੇ ਚਾਹੀਦੇ ਨੇ, ਨਹੀਂ ਕਿ ਬੁਲਾਉਣੇ ਨਹੀਂ ਚਾਹੀਦੇ, ਲੇਕਿਨ ਜੇ ਤੁਸੀਂ ਇੱਕ ਡਿਸੀਜ਼ਨ ਲੈਣਾ ਹੈ ਕਿ ਕਰਨਾ ਕੀ ਹੈ ਕੌਮ ਨੇ, ਤਾਂ ਉਹਦੇ ਵਾਸਤੇ ਤਾਂ ਦਿਮਾਗ ਹੀ ਇਕੱਠੇ ਕਰਨੇ, ਸਿਆਣੇ ਬੰਦਿਆਂ ਦੇ ਬੈਠਣ ਦੀ ਜ਼ਰੂਰਤ ਹੁੰਦੀ ਹੈ, ਇਕੱਠਾਂ ਦੀ ਜ਼ਰੂਰਤ ਨਹੀਂ ਹੁੰਦੀ। ਅਸੀਂ ਇੱਕ ਇਹ ਵੀ ਲਿਖਤਾ ਕਿ ਪੋਲੀਟੀਕਲ ਬੰਦੇ ਜਿਹੜੇ ਆ ਉਹ ਚਲੋ ਸ਼ਾਮਿਲ ਕਰ ਲੈਂਦੇ, ਬਾਅਦ ਦੇ ਵਿੱਚ ਇੱਕ ਬਿਰਤਾਂਤ ਸਿਰਜਿਆ ਗਿਆ ਇਸ ਮੀਟਿੰਗ ਨੂੰ ਫਲੋਪ ਕਰਨ ਦੇ, ਸਿੱਧੇ ਢੰਗ ਨਾਲ ਵੀ ਔਰ ਅਸਿੱਧੇ ਢੰਗ ਨਾਲ ਵੀ, ਸਿੱਧੇ ਢੰਗ ਨਾਲ ਵੀ ਕੀਤਾ ਗਿਆ ਵੀ ਇਹ ਮੀਟਿੰਗ ਤੁਸੀਂ ਡਰੋਪ ਕਰੋ, ਕੈਂਸਲ ਕਰੋ, ਅਤੇ ਜਦੋਂ ਨਹੀਂ ਡਰੋਪ ਹੋਈ ਤਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਗਿਆ ਕੁਛ ਨਹੀਂ ਹੋਣਾ ਫੈਸਲਾ ਜੀ, ਕੱਖ ਵੀ ਨਹੀਂ ਹੋਣਾ ਜੀ, ਔਰ ਇਸ ਮੀਟਿੰਗ ਤੋਂ ਬਾਅਦ ਵੀ ਕਿਹਾ ਜਾਓ ਕੁਛ ਨਹੀਂ ਨਿਕਲਿਆ ਜੀ, ਲੰਗਰ ਛੱਕ ਕੇ ਚਲੇ ਗਏ ਸਾਰੇ, ਬਾਅਦ 'ਚ ਵੀ ਇਹੀ ਹੋਣਾ ਸੋਸ਼ਲ ਮੀਡੀਆ 'ਤੇ ਪਸਰ। ਮਤਲਬ ਕੀ ਕਿ ਇਸ ਮੀਟਿੰਗ ਦੀ ਮਹੱਤਤਾ ਜਿਹੜੀ ਹੈ ਉਹ ਖਤਮ ਕਰਨੀ, ਖਤਮ ਕਰਨੀ ਉਹਨਾਂ ਨੇ, ਔਰ ਸਾਡੇ ਰਾਹੀਂ ਕਰਵਾਉਣੀ ਜਾਂ ਫੇਕ ਆਈਡੀਆਂ ਰਾਹੀਂ ਕਰਵਾਉਣੀ, ਕਿ ਮੀਟਿੰਗ ਬਿਲਕੁਲ ਬੇਕਾਰ ਸੀ। ਔਰ ਇੱਥੋਂ ਤੱਕ ਕਿ ਜਿਹੜੇ ਮੀਟਿੰਗ 'ਚ ਸ਼ਾਮਿਲ ਹੋਏ ਹੈ ਇਹਨਾਂ ਦੇ ਕਰੈਕਟਰ ਦੇ ਉੱਤੇ ਵੀ ਜਿਹੜਾ ਉਹ ਉਂਗਲਾਂ ਉਠਾਈਆਂ ਜਾਣ, ਫਲਾਨਾ ਬੰਦਾ ਸ਼ਾਮਿਲ ਹੋਇਆ ਤਾਂ ਫਲਾਨਾ ਹੈ, ਫਲਾਨਾ ਬੰਦਾ ਸ਼ਾਮਿਲ ਹੋਇਆ ਫਲਾਨਾ ਹੈ, ਫਲਾਨਾ ਬੋਲਿਆ ਤਾਂ ਫਲਾਨਾ, ਇਹ ਵੀ ਹੋਣਾ। ਪਰ ਘਬਰਾਉਣ ਦੀ ਲੋੜ ਨਹੀਂ ਹੈ, ਮੈਂ ਪਹਿਲਾਂ ਕਹਿ ਚੁੱਕਿਆ ਕਿ ਸੋਸ਼ਲ ਮੀਡੀਆ ਇਜ਼ ਏ ਫੇਕ ਵਰਲਡ। ਜੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਾਂ ਨੂੰ ਦੇਖ ਕੇ ਅਸੀਂ ਫੈਸਲੇ ਕਰਨ ਲੱਗ ਗਏ ਤਾਂ ਫਿਰ ਤਾਂ ਕਰ ਲਈਆਂ ਤਰੱਕੀਆਂ, ਇਹ ਤਾਂ ਪੈ ਗਈਆਂ ਪੂਰੀਆਂ। ਇਸ ਕਰਕੇ ਅਸੀਂ ਅੱਜ ਦੀ ਇਹ ਇਕੱਤਰਤਾ ਸਿਰਜਣ ਦਾ ਫੈਸਲਾ ਕੀਤਾ। ਵਿਦੇਸ਼ਾਂ ਦੇ ਵਿੱਚੋਂ ਵੀ ਕਾਫੀ ਸੱਜਣ ਆਏ ਹੈ, ਪਰਮਜੀਤ ਸੋਣੀ ਆਏ, ਭਾਈ ਸੰਤੋਖ ਸਿੰਘ ਜੀ ਹੁਣੀ ਆਏ ਆਸਟ੍ਰੇਲੀਆ ਤੋਂ, ਭਾਈ ਰਣਜੀਤ ਸਿੰਘ ਕੈਨੇਡਾ ਤੋਂ ਆਏ, ਬੋਲੇ ਵੀ